ਕੂੜੇ 'ਚ ਮਿਲਿਆ ਹੈ, ਸਾਈਡ 'ਤੇ ਮਿਲਿਆ ਹੈ, ਅਤੇ ਜੇ ਕਿਸੇ ਨੇ ਕੋਈ ਸ਼ਰਾਰਤ ਕਰਨੀ ਹੁੰਦੀ, ਨੁਕਸਾਨ ਕਰਨਾ ਹੁੰਦਾ, ਤਾਂ ਗ੍ਰਨੇਡ ਜਿਹੜਾ ਤੁਰੰਤ ਐਕਟ ਹੁੰਦਾ ਹੈ, ਜਿਉਂ ਹੀ ਤੁਸੀਂ ਸੁੱਟਦੇ ਹੋ ਨਾਲ ਹੀ ਫਟ ਜਾਂਦਾ ਹੈ ਗ੍ਰਨੇਡ। ਸੋ ਇਸ ਜਗ੍ਹਾ ਦੇ ਉੱਤੇ ਕੋਈ ਕਰਾਊਡਿਡ ਪਲੇਸ ਨਹੀਂ ਹੈਗੀ, ਕੋਈ ਪਾਪੂਲੇਸ਼ਨ ਨਹੀਂ ਹੈਗੀ, ਸੋ ਉਸ ਚੀਜ਼ ਦੀ ਪ੍ਰੋਬੇਬਿਲਟੀ ਘੱਟ ਲੱਗਦੀ ਹੈ। ਪਰ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੈ ਜਸਟ ਇੱਕ ਸੈਂਸੇਸ਼ਨ ਕ੍ਰੀਏਟ ਕਰਨ ਵਾਸਤੇ, ਫਿਰ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਸੁਰੱਖਿਆ ਵਧਾਈ ਗਈ ਹੈ ਜੀ, ਤਦੇ ਹੀ ਇਕੱਲੀ ਇਕੱਲੀ ਗਲੀ ਅਸੀਂ ਛਾਣ ਰਹੇ ਹਾਂ ਜੀ, ਕਿਤੇ ਕੋਈ ਸਸਪੀਸ਼ੀਅਸ ਚੀਜ਼, ਕੋਈ ਈਵਨ ਪੱਥਰ ਤੱਕ ਮਿਲ ਰਿਹਾ ਉਹਦੀ ਵੀ ਜਾਂਚ ਕਰ ਰਹੇ ਕਿ ਉਹ ਕੀ ਚੀਜ਼ ਹੈ। ਸੋ ਉਹਦੀ ਇਵਜ ਦੇ ਵਿੱਚ ਹੀ ਜਿਹੜੀ ਆਮਦ ਆ ਇੱਥੇ, ਔਰ 15 ਅਗਸਤ ਦਾ ਫੰਕਸ਼ਨ ਆਉਣ ਵਾਲਾ, ਉਹਦੇ ਕਰਕੇ ਹੀ ਇਹ ਸਾਰੀ ਸਰਚ ਜਿਹੜੇ ਓਪਰੇਸ਼ਨਸ ਆ ਇਹ ਚੱਲ ਰਹੇ ਹੈ। ਅਤੇ ਮੁਲਾਜ਼ਮ ਪੈਟਰੋਲਿੰਗ 'ਤੇ ਸੀ, ਨਾਲ ਕਾਰਪੋਰੇਸ਼ਨ ਦੇ ਇੰਪਲੋਈ ਸੀਗੇ ਜਿਹੜੇ ਚੁੱਕਦੇ, ਉਹਨਾਂ ਨੇ ਜੁਆਇੰਟਲੀ ਇਹਨੂੰ ਦੇਖਿਆ। ਉਸ ਤੋਂ ਬਾਅਦ ਨਹੀਂ, ਉਹ ਸਾਰੇ ਸਰਚ ਜਿੱਦਾਂ ਮੈਂ ਤੁਹਾਨੂੰ ਕਿਹਾ ਲਗਾਤਾਰ ਹੀ ਸਾਰੇ ਸ਼ਹਿਰ 'ਚ ਚੱਲ ਰਹੀ ਹੈ ਜੀ, ਜਿੱਥੇ ਕੋਈ ਵੀ ਚਾਹੇ ਉਹ ਗ੍ਰਨੇਡ ਦੀ ਫੋਰਮ 'ਚ ਆ, ਚਾਹੇ ਟਿਫਨ ਦੀ ਫੋਰਮ 'ਚ ਆ, ਕਿਸੇ ਵੀ ਫੋਰਮ 'ਚ ਕੋਈ ਵਸਤੂ ਵੀ ਮਿਲਦੀ, ਅਸੀਂ ਹਰ ਚੀਜ਼ ਦੀ ਜਾਂਚ ਕਰ। ਨਹੀਂ ਸਰ ਉਹ ਪਈ ਜੀ।